ਅਮਰੀਕਾ ਵਿੱਚ ਪ੍ਰਤੀਨਿਧ ਸਦਨ ਨੇ ਬਿਨਾਂ ਦਸਤਾਵੇਜ਼ ਰਹਿ ਰਹੇ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਵਾਸਤੇ ਢੰਗ ਤਰੀਕਾ ਤਿਆਰ ਕਰਨ ਲਈ ਇੱਕ ਬਿੱਲ ਨੂੰ ਪ੍ਰਵਾਨਗੀ ਦਿੱਤੀ ਹੈ। ਪਰ ਸੈਨੇਟ ਵਿੱਚ ਅਸਲ ਪਰਖ ਹੋਵੇਗੀ, ਜਿੱਥੇ ਬਿੱਲ ਨੂੰ ਪਾਸ ਕਰਨ ਲਈ ਰਿਪਬਲਿਕਨਾਂ ਦੀ ਹਮਾਇਤ ਜ਼ਰੂਰੀ ਹੋਵੇਗੀ। ਸੈਨੇਟ ਵਿੱਚ ਕਿਸੇ ਕਿਸਮ ਦਾ ਗਤੀਰੋਧ ਟਾਲਣ ਲਈ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਘੱਟੋ ਘੱਟ 10 ਰਿਪਬਲਿਕਨਾਂ ਦੀ ਲੋੜ ਪਵੇਗੀ। ਅਮੈਰੀਕਨ ਡ੍ਰੀਮ ਐਂਡ ਪ੍ਰੋਮਿਸ ਐਕਟ 228-197 ਵੋਟਾਂ ਦੇ ਫਰਕ ਨਾਲ ਪਾਸ ਹੋਇਆ। ਇਸ ਬਿੱਲ ਤਹਿਤ 25 ਲੱਖ ਪ੍ਰਵਾਸੀਆਂ ਨੂੰ 10 ਸਾਲਾਂ ਵਾਸਤੇ ਸ਼ਰਤਾਂ ਰਹਿਤ ਸਥਾਈ ਤੌਰ ਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦੇਣ ਦੀ ਵਿਵਸਥਾ ਕੀਤੀ ਗਈ ਹੈ। ਹਾਂ, ਪਰ ਪ੍ਰਵਾਸੀਆਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਪ੍ਰਵਾਸੀ 1 ਜਨਵਰੀ 2021 ਨੂੰ ਜਾਂ ਇਸ ਤੋਂ ਪਹਿਲਾਂ ਅਮਰੀਕਾ ਵਿੱਚ ਮੌਜੂਦ ਹੋਏ ਤੇ ਇਸ ਦੀ ਅਮਰੀਕਾ ਵਿੱਚ ਦਾਖਲ ਹੋਣ ਸਮੇਂ ਉਮਰ 18 ਸਾਲ ਜਾਂ ਇਸ ਤੋਂ ਘੱਟ ਹੋਏ। ਇਸ ਦੇ ਇਲਾਵਾ ਘਰੇਲੂ ਹਿੰਸਾ, ਸਰੀਰਕ ਸ਼ੋਸ਼ਣ ਜਾਂ ਮਨੁੱਖੀ ਤਸਕਰੀ ਵਰਗੇ ਅਪਰਾਧ ਵਿੱਚ ਦੋਸ਼ੀ ਕਰਾਰ ਨਾ ਦਿੱਤਾ ਗਿਆ ਹੋਵੇ। ਇਸ ਬਿੱਲ ਵਿੱਚ ਇਹ ਵੀ ਵਿਵਸਥਾ ਹੈ ਕਿ ਅਮਰੀਕਾ ਦਾ ਸ਼ਹਿਰੀ ਬਣਨ ਦੇ ਚਾਹਵਾਨ ਪ੍ਰਵਾਸੀ ਯੂਨੀਵਰਸਿਟੀ ਜਾਂ ਕਾਲਜ ਤੋਂ ਡਿਗਰੀ ਲੈ ਕੇ ਜਾਂ ਮਿਲਟਰੀ ਵਿੱਚ ਘੱਟੋ ਘੱਟ 2 ਸਾਲ ਸੇਵਾ ਕਰਕੇ ਸਥਾਈ ਵਾਸੀ ਦਾ ਰੁਤਬਾ ਪ੍ਰਾਪਤ ਕਰ ਸਕਦੇ ਨੇ। ਇਸ ਤੋਂ ਇਲਾਵਾ ਖੇਤੀ ਕਾਮਿਆਂ ਸੰਬੰਧੀ ਇੱਕ ਹੋਰ ਬਿੱਲ ਸਦਨ ਨੇ ਪਾਸ ਕਰਕੇ ਸੈਨੇਟ ਨੂੰ ਭੇਜ ਦਿੱਤਾ ਹੈ। ਇਸ ਬਿੱਲ ਤਹਿਤ ਬਿਨਾਂ ਦਸਤਾਵੇਜ਼ਾਂ ਵਾਲੇ ਖੇਤੀ ਕਾਮਿਆਂ ਨੂੰ ਗ੍ਰੀਨ ਕਾਰਡ ਦੇਣ ਦੀ ਵਿਵਸਥਾ ਕੀਤੀ ਗਈ ਹੈ।